ਤਸਵੀਰਾਂ ਗੁਹਾਟੀ ਚ ਹੋਏ ਦਰਦਨਾਕ ਸੜਕ ਹਾਦਸੇ ਦੀਆਂ ਨੇ, ਜਿਸ ਚ ਇੱਕ ਜੋੜੇ ਦੀ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵੀ ਅੱਗ ਵਾਂਗ ਫੈਲ ਗਈ। ਦਰਅਸਲ 30 ਜੂਨ ਨੂੰ ਪਿੰਡ ਮੁੱਲੇਪੁਰ ਤੋਂ ਸੁਖਚੈਨ ਸਿੰਘ ਆਪਣੀ ਪਤਨੀ ਮਨਪ੍ਰੀਤ ਕੌਰ ਨਾਲ ਹਿੱਲ ਸਟੇਸ਼ਨ ਤੇ ਘੁੰਮਣ ਲਈ ਨਿਕਲੇ ਸਨ। ਬੀਤੇ ਦਿਨ 6 ਜੁਲਾਈ ਨੂੰ ਗੁਹਾਟੀ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਉਹਨਾਂ ਦੀ ਗੱਡੀ ਸੜਕ ਕਿਨਾਰੇ ਡਿਵਾਈਡਰ ਨਾਲ ਜਾ ਟਕਰਾਈ, ਜਿਸ ਕਾਰਨ ਸੁਖਚੈਨ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦੀ ਪਤਨੀ ਮਨਪ੍ਰੀਤ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸ ਦਈਏ ਕਿ ਸੁਖਚੈਨ ਸਿੰਘ ਪਿੰਡ ਮੁੱਲੇਪੁਰ ਦੇ ਸਾਬਕਾ ਸਰਪੰਚ ਤੇ ਸੀਨੀਅਰ ਆਗੂ ਗੁਰਪੇਜ ਸਿੰਘ ਰਾਏ ਦਾ ਪੁੱਤਰ ਸੀ। ਨੂੰ ਪੁੱਤ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਅਕਾਲੀ ਆਗੂ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਅੱਜ ਬੇਹੱਦ ਅਫਸੋਸਨਾਕ ਖਬਰ ਸੁਣ ਕੇ ਬੜਾ ਦੁੱਖ ਹੋਇਆ। ਇੱਕ ਬਹੁਤ ਹੀ ਸ੍ਰੀ ਫਤਿਹਗੜ੍ਹ ਸਾਹਿਬ ਇਲਾਕੇ ਦਾ ਸਰਕਾਰਦਾ ਲੀਡਰ ਸਾਡੇ ਗੁਰਭੇਜ ਸਿੰਘ, ਉਹਨਾਂ ਦੇ ਸਪੁੱਤਰ ਦੀ ਤੇ ਨੂੰਹ ਰਾਣੀ ਦੀ ਅਚਨਚੇਤ ਜਿਹੜੀ ਮੌਤ ਹੋਈ ਆ, ਉੱਥੇ ਸਾਨੂੰ ਬੜਾ ਦੁੱਖ ਆ ਔਰ ਇਸ ਗੱਲ ਦਾ ਬੜਾ ਅਫਸੋਸ ਆ। ਲੜਕੇ ਦੀ ਮੌਕੇ 'ਤੇ ਹੀ ਡੈਥ ਹੋ ਗਈ ਸੀ ਅਤੇ ਨੂੰਹ ਰਾਣੀ ਨੂੰ ਫਿਰ ਹਸਪਤਾਲ ਲਿਆਂਦਾ ਗਿਆ, ਉੱਥੇ ਦਮ ਤੋੜ ਗਈ। ਅਤੇ ਅਸੀਂ ਇਸ ਦੁੱਖੀ ਘੜੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂ ਪਰਿਵਾਰ ਨਾਲ ਦੁੱਖ ਮਨਾਉਂਦਾ ਹੋਇਆ ਔਰ ਮਹਿਸੂਸ ਕਰਦਾ ਕਿ ਅੱਜ ਬਹੁਤ ਹੀ ਦੁਖਤਾ ਵਾਲਾ ਸਮਾਂ ਸਾਹ ਗੁਰਭੇਜ ਸਿੰਘ ਦੇ ਉੱਤੇ, ਅਸੀਂ ਸਾਰੇ ਉਹਨਾਂ ਨਾਲ ਖੜ੍ਹੇ ਹਾਂ। ਸੋਸ਼ਲ ਮੀਡੀਆ ਰਾਹੀਂ ਜਦੋਂ ਇਹ ਖਬਰ ਇਲਾਕੇ 'ਚ ਪਹੁੰਚੀ ਤਾਂ ਪੂਰੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਫਤਿਹਗੜ੍ਹ ਸਾਹਿਬ ਤੋਂ ਜਗਦੇਵ ਸਿੰਘ, ਜਗਬਾਣੀ ਟੀਵੀ।